ਪੰਜਾਬ ਦਰਪਣ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਰਾਹੁਲ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪੰਜਾਬ ਦੇ ਉੱਭਰਦੇ ਕਲਾਕਾਰ ਸੁਖੀ ਸਰਾਓ ਜੀ ਨਾਲ। ਸੁਖੀ ਸਰਾਓ ਜੀ, ਕਿਹੋ ਜਿਹਾ ਫੀਲ ਕਰ ਰਹੇ ਪੰਜਾਬ ਦਰਪਣ 'ਤੇ ਇੰਟਰਵਿਊ ਦਿੰਦੇ? ਬਹੁਤ ਵਧੀਆ ਫੀਲ ਹੋ ਰਿਹਾ ਜੀ ਮੈਨੂੰ। ਚਲੋ, ਬਹੁਤ ਵਧੀਆ ਗੱਲ ਹੈ ਜੀ। ਤੁਹਾਨੂੰ ਗਾਇਕੀ ਦਾ ਸ਼ੌਂਕ ਕਿੱਥੋਂ ਸ਼ੁਰੂ ਹੋਇਆ ਜੀ? ਇਹ ਗਾਇਕੀ ਦਾ ਸ਼ੌਂਕ ਅਕਸਰ ਮੈਨੂੰ ਬਚਪਨ ਦੇ ਵਿੱਚ ਸੀਗਾ ਜੀ। ਅੱਛਾ ਜੀ। ਪਹਿਲਾਂ ਸਕੂਲਾਂ ਦੇ ਵਿੱਚ ਪਾਰਟੀਸਪੇਟ ਕਰਦੇ ਸੀ ਪ੍ਰੋਗਰਾਮਾਂ 'ਤੇ। ਅੱਛਾ ਜੀ। ਅਤੇ ਹੌਲੀ ਹੌਲੀ ਬਸ ਮੈਨੂੰ ਸ਼ੌਂਕ ਪੈਦਾ ਹੁੰਦਾ ਰਿਹਾ, ਸ਼ੌਂਕ ਜਾਗਦਾ ਰਿਹਾ ਅਤੇ ਆਪਾਂ ਗਾਉਂਦੇ ਰਹੇ। ਤੁਹਾਡਾ ਇੰਸਪਾਇਰ, ਮਤਲਬ ਤੁਹਾਨੂੰ ਕਿਸ ਚੀਜ਼ ਵੱਲੋਂ ਇੰਸਪਾਇਰ ਇੰਸਪੀਰੇਸ਼ਨ ਮਿਲਦੀ ਸੀਗੀ, ਕਿ ਕੌਣ ਤੁਹਾਨੂੰ ਮੋਟੀਵੇਟ ਕਰਦਾ ਸੀਗਾ ਗਾਣੇ ਵੱਲੋਂ? ਮਤਲਬ ਘਰ ਦਾ ਕੋਈ, ਮਤਲਬ ਭੈਣ ਹੁੰਦੀ ਆ, ਬ੍ਰਦਰ ਹੁੰਦਾ ਵਾ, ਮੋਮ ਡੈਡ ਹੁੰਦੇ ਆ, ਕੋਈ ਰਿਸ਼ਤੇਦਾਰ ਹੁੰਦੇ ਨੇ, ਜਾਂ ਸਕੂਲ ਦੇ ਵਿੱਚ ਟੀਚਰਾਂ ਨੇ ਵੀ ਕਰਦੇ ਨੇ, ਕੌਣ ਤੁਹਾਨੂੰ ਅਪਰੀਸ਼ੀਏਟ ਕਰਦਾ ਸੀ ਕਿ ਤੁਸੀਂ ਮਤਲਬ ਗਾਣੇ ਲੈਣ ਵੱਲ ਜਾਓ, ਹੋਰ ਅੱਗੇ ਵਧੋ? ਸਭ ਤੋਂ ਜ਼ਿਆਦਾ ਜੀ ਐਪਰੀਸ਼ੀਏਟ ਮੇਰੀ ਮਾਤਾ ਜੀ ਨੇ ਕੀਤਾ ਜੀ, ਅਤੇ ਉਸ ਤੋਂ ਬਾਅਦ ਮੇਰੇ ਫਰੈਂਡਸ ਹੈਗੇ ਨੇ ਅਤੇ ਉਹਨਾਂ ਨੇ ਮੈਨੂੰ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਜੀ। ਅਤੇ ਮਤਲਬ ਆਪਾਂ ਗਾਇਕੀ ਦੇ ਲਈ ਆਪਾਂ ਨੂੰ ਕੋਈ ਗੁਰੂ ਚਾਹੀਦਾ ਹੁੰਦਾ ਵਾ, ਜਾਂ ਆਪਾਂ ਨੂੰ ਕੋਈ ਗਾਈਡਲਾਈਨਸ ਚਾਹੀਦੀ ਹੁੰਦੀ ਹੈ, ਅਤੇ ਗਾਇਕੀ ਸਿਖਾਉਣ ਦੇ ਵਿੱਚ ਕਿਹਦਾ ਯੋਗਦਾਨ ਆਇਆ ਵਾ ਅਤੇ ਕਿਹਨੇ ਤੁਹਾਨੂੰ ਸਿਖਾਈ ਆ? ਗਾਇਕੀ ਅਕਸਰ ਹੀ ਇਹ ਮੇਰੇ ਮਤਲਬ ਸਿੱਖੀ ਤਾਂ ਕਿਸੇ ਤੋਂ ਨਹੀਂ ਹੈਗੀ, ਅਤੇ ਘਰ ਹੀ ਆਪਣਾ ਰਿਆਜ਼ ਕਰੀਦਾ ਜੀ, ਘਰ ਆਪਣਾ ਆਪ ਕਰ ਰਹੇ ਹਾਂ। ਅਤੇ ਮਤਲਬ ਤੁਸੀਂ ਕਿਸੇ ਤੋਂ ਸਿੱਖੀ ਨਹੀਂ, ਮਤਲਬ ਤੁਸੀਂ ਖੁਦ ਹੀ ਰਿਆਜ਼ ਕਰਕੇ, ਮਤਲਬ ਚਲੋ ਬਹੁਤ ਵਧੀਆ ਗੱਲ ਹੈ ਜੀ। ਸੁਖੀ ਜੀ, ਤੁਹਾਡਾ ਦੂਜੇ ਗਾਣੇ ਦੀ ਵੀ ਤਿਆਰੀ ਚੱਲਦੀ ਹੈ ਜਿੱਦਾਂ ਤੁਸੀਂ ਦੱਸਿਆ ਸਾਨੂੰ, ਦੂਜੇ ਗਾਣੇ ਦੇ ਬੋਲ ਅਤੇ ਉਸ ਬਾਰੇ ਕੁਛ ਕਹਿਣਾ ਚਾਹੋ? ਹਾਂਜੀ, ਦੂਜਾ ਗਾਣਾ ਵੀ ਆਪਣਾ ਜਲਦ ਆ ਰਿਹਾ ਜੀ, ਸਰਦਾਰੀ ਗਾਣਾ, ਸਰਗਦਾਰੀ ਨਾਮ ਆ ਗਾਣੇ ਦਾ ਜੀ, ਅਤੇ ਦੋ ਬੋਲ ਉਹਦੇ ਮੈਂ ਸੁਣਾਉਣਾ ਤੁਹਾਨੂੰ ਜ਼ਰੂਰ। ਆਸ਼ਕੀ ਦੇ ਮਸਲੇ ਕੀ ਰਾਂਝੇ ਮਰਵਾ ਗਏ, ਭੱਲੇ ਦਬ ਕੇ ਹੀ ਡਰ ਜਾਂਦੇ ਆਸ਼ਕੇ ਉਹ ਕਦੇ, ਕੋਲੇ ਤਪਦੇ ਆ ਉੱਤੇ ਤੁਰੂ ਤੈਨੂੰ ਪਾਉਣ ਲਈ, ਬਾਕੀ ਵੇਖ ਲਾਂਗੇ ਮੁੱਲ ਕੀ ਨਸ਼ੀਲੀ ਅੱਖ ਦਾ, ਸਰਦਾਰੀ ਇੱਕ ਨਾਲ ਪੱਕੀ ਯਾਰੀ ਇੱਕ ਨਾਲ, ਹੁੰਦਾ ਸੂਰਮਾ ਦੋ ਚੀਜ਼ਾਂ ਦਾ ਖਿਆਲ ਰੱਖਦਾ, ਸਰਦਾਰੀ ਇੱਕ ਨਾਲ ਪੱਕੀ ਯਾਰੀ ਇੱਕ ਨਾਲ, ਹੁੰਦਾ ਸੂਰਮਾ ਦੋ ਚੀਜ਼ਾਂ ਦਾ ਖਿਆਲ ਰੱਖਦਾ। ਬਹੁਤ ਵਧੀਆ ਬੋਲਣੇ ਤੁਹਾਡੇ ਗਾਣੇ ਦੇ। ਲੇਟੈਸਟ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਪੰਜਾਬ ਪੇਪਰ।